ਪੰਜਾਬੀ ਸਿਹਤ ਚੈਨਲ ਵਿੱਚ ਅਸੀਂ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅਲੀਚੀ ਦੇ ਬਾਰੇ ਵਿੱਚ ਅੱਜ ਤੁਹਾਨੂੰ ਦੱਸਾਂਗੇ ਕਿ ਅਲੀਚੀ ਰਾਹੀਂ ਅਸੀਂ ਸਰੀਰ ਦੀ ਕਿਸ ਕਿਸਮ ਦੀਆਂ ਬਿਮਾਰੀਆਂ ਦਾ ਘਰੇਲੂ ਇਲਾਜ ਕਰ ਸਕਦੇ ਹਾਂ ਅਲੀਚੀ ਨੂੰ ਇੱਕ ਬਹੁਤ ਹੀ ਵਧੀਆ ਫਲ ਮੰਨਿਆ ਜਾਂਦਾ ਹੈ ਅਪਕ ਅਲੀਚੀ ਦੀ ਗੱਲ ਕਰੀਏ ਤਾਂ ਇਹ ਖਾਣ ਨੂੰ ਬਹੁਤ ਹੀ ਸੁਆਦ ਅਤੇ ਮਿੱਠੀ ਅਤੇ ਰਸੀਲੀ ਹੁੰਦੀ ਹੈ ਜਦਕਿ ਕੱਚੀ ਅਲੀਚੀ ਖਾਣ ਨੂੰ ਖੱਟੀ ਹੁੰਦੀ ਹੈ ਅਲੀਚੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਦੀ ਹਰੇਕ ਤਰ੍ਹਾਂ ਦੀ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਜੇਕਰ ਕੁਝ ਦਿਨ ਇਸ ਦਾ ਰੋਜ਼ਾਨਾ ਸੇਵਨ ਕੀਤਾ ਜਾਵੇ ਤਾਂ ਦਿਮਾਗ ਦੀ ਕਮਜ਼ੋਰੀ ਵੀ ਦੂਰ ਹੁੰਦੀ ਹੈ ਤੇਜਾ ਤਾਸਤ ਤੇਜ ਹੁੰਦੀ ਹੈ ਦਿਲ ਦੀ ਧੜਕਨ ਲਈ ਵੀ ਅਲੀਚੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਜੇਕਰ ਦਿਲ ਦੀ ਧੜਕਨ ਤੇਜ ਹੋ ਜਾਂਦੀ ਹੋਵੇ ਤਾਂ ਅਜਿਹੀ ਹਾਲਤ ਵਿੱਚ ਅਲੀਚੀ ਦਾ ਰਸ ਜੇਕਰ 8 ਤੋਂ 10 ਦੇਣ ਲਗਾਤਾਰ ਪੀਤਾ ਜਾਵੇ ਤਾਂ ਦਿਲ ਦੀ ਧੜਕਣ ਠੀਕ ਹੋ ਜਾਂਦੀ ਹੈ ਪਾਚਨ ਕਿਰਿਆ ਦੇ ਲਈ ਅਲੀਚੀ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਅਲੀਚੀ ਸੇਵਨ ਕਰਨ ਨਾਲ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ ਅਤੇ ਭੁੱਖ ਖੁੱਲ ਕੇ ਲੱਗਦੀ ਹੈ ਜੇਕਰ ਗਰਮੀਆਂ ਦੇ ਦਿਨਾਂ ਵਿੱਚ ਬਹੁਤ ਵਾਰ ਪਿਆਸ ਲੱਗਦੀ ਹੋਵੇ ਤਾਂ ਅਲੀਚੀ ਦਾ ਰਸ ਪੀਣਾ ਚਾਹੀਦਾ ਹੈ ਇਸ ਨਾਲ ਪਿਆਸ ਦੂਰ ਹੁੰਦੀ ਹੈ ਅਤੇ ਸਰੀਰ ਨੂੰ ਠੰਡ ਮਿਲਦੀ ਹੈ ਜੇਕਰ ਪੇਟ ਦੀ ਜਲਨ ਹੁੰਦੀ ਹੋਵੇ ਤਾਂ ਉਹ ਵੀ हट ਜਾਂਦੀ ਹੈ ਜਿਗਰ ਦੀ ਸਮੱਸਿਆ ਵਿੱਚ ਵੀ ਅਲੀਚੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਜੇਕਰ ਜਿਗਰ ਦੀ ਸਮੱਸਿਆ ਹੋਵੇ ਤਾਂ 2-2 ਘੰਟੇ ਦੇ ਫਰਕ ਨਾਲ ਅਲੀਚੀ ਦਾ ਰਸ ਪੀਣਾ ਚਾਹੀਦਾ ਹੈ ਇਸ ਨਾਲ ਜਿਗਰ ਦੀ ਹਾਲਤ ਠੀਕ ਹੁੰਦੀ ਹੈ ਅਤੇ ਜਿਗਰ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਹ ਸੀ ਸਾਡੀ ਅੱਜ ਦੀ ਵੀਡੀਓ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਵੀ ਜਰੂਰ ਦਬਾਓ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਅਸੀਂ ਰੋਜ਼ਾਨਾ ਇਸ ਚੈਨਲ ਤੇ ਸਿਹਤ ਸੰਬੰਧੀ ਵੀਡੀਓ ਅਪਲੋਡ ਕਰਦੇ ਰਹਿੰਦੇ ਹਾਂ।